ਡਾਕਟਰ ਨਿਰੰਦਰ ਸਿੰਘ ਕਪੂਰ ਦਾ ਲੇਖ ਔਖਾ ਕੰਮ ਸੌਖਾ ਕੰਮ ਦਾ ਬਾਕੀ ਦਾ ਹਿੱਸਾ ਕੰਮ ਵਾਲੀ ਥਾਂ ਤੇ ਚੁਗਲੀਆਂ ਕਰਨ ਤੇ ਗੱਪਾਂ ਮਾਰਨ ਤੇ ਹੋਰਾਂ ਦੀਆਂ ਲੱਤਾਂ ਖਿੱਚਣ ਚ ਲਾਇਆ ਸਮਾਂ ਕੰਮਾਂ ਵਿੱਚੋਂ ਚੋਰੀ ਕੀਤਾ ਗਿਆ ਹੁੰਦਾ ਹੈ ਅਜੇ ਵਿਅਕਤੀਆਂ ਤੋਂ ਜ਼ਿੰਦਗੀ 'ਚ ਗੋਲ ਕਰਨ ਵਾਲੀਆਂ ਕਿੱਕਾਂ ਨਹੀਂ ਵੱਜਦੀਆਂ ਉਹ ਦੌੜਦੇ ਬਹੁਤ ਹੈ ਪਰ ਪਹੁੰਚਦੇ ਕਿਧਰੇ ਨਹੀਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਬਦਲਣ ਤੇ ਮਹੱਤਵ ਪ੍ਰਦਾਨ ਕਰਨ ਵਾਲੇ ਕੰਮ ਚਟਪਟ ਹੋਣ ਵਾਲੇ ਨਹੀਂ ਹੁੰਦੇ ਇਹ ਸੌਖੇ ਬਿਲਕੁਲ ਨਹੀਂ ਹੁੰਦੇ ਸਫਲ ਵਿਅਕਤੀ ਇਹਨਾਂ ਕੰਮਾਂ ਨੂੰ ਆਰੰਭ ਵਿੱਚ ਕਰਦੇ ਹਨ ਤੇ ਕਰਨਾ ਜਾਰੀ ਰੱਖਦੇ ਹਨ ਜਦਕਿ ਅਸਫਲ ਵਿਅਕਤੀ ਸ਼ੁਰੂ ਹੀ ਨਹੀਂ ਕਰਦੇ ਜਾਂ ਉਹ ਇਹਨਾਂ ਕੰਮਾਂ ਨੂੰ ਉਦੋਂ ਕਰਦੇ ਹੈ ਜਦੋਂ ਬਾਕੀਆਂ ਨੇ ਕਰ ਲਏ ਹੁੰਦੇ ਹਾਰਿਆਂ ਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ ਇਹੀ ਕਾਰਨ ਹੈ ਕਿ ਸੌਖੇ ਕੰਮ ਕਰਨ ਵਾਲਿਆਂ ਦਾ ਕੋਈ ਨਾਂ ਥਾਂ ਨਹੀਂ ਹੁੰਦਾ ਜੇ ਕਿਸੇ ਪ੍ਰਸਿੱਧ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤਾਜੀਆ ਪੁੱਤਰ ਪ੍ਰਸਿੱਧ ਡਾਕਟਰ ਨਹੀਂ ਬਣੇਗਾ ਕਿਉਂਕਿ ਉਹਨੇ ਆਪਣਾ ਸੁੱਖ ਖੇਰਾ ਨਹੀਂ त्यागਿਆ ਹਰ ਕਦਮ ਤੇ ਮਦਦ ਲਈ ਪਿਤਾ ਹਾਜ਼ਰ ਹੋਣ ਕਰਕੇ ਉਹਨੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਔਕ ਨਹੀਂ ਹੰਡਾਈ ਪੈਸੇ ਕਮਾਉਣ ਲਈ ਰਾਹ ਠੀਕ ਹੈ ਪਰ ਨਾ ਥਾਂ ਕਮਾਉਣ ਲਈ ਪੁੱਤਰ ਨੂੰ ਵੱਖਰਾ ਖੇਤਰ ਛੁਣਨਾ ਪੈਗਾ ਨਾ ਤਾਂ ਹੀ ਬਣੇਗਾ ਜੇ ਲੋਡ ਨਾਲੋਂ ਵਧੇਕ ਯੋਗਤਾ ਪ੍ਰਾਪਤ ਕੀਤੀ ਹੋਵੇ ਤੇ ਲੋਡ ਨਾਲੋਂ ਵੱਧ ਕੰਮ ਕੀਤਾ ਹੋਵੇ ਤੇ ਕੰਮ ਕਰਨ ਦੇ ਨਵੇਂ ਢੰਗ ਲੱਭੇ ਹੋਣ ਔਖਾ ਕੰਮ ਚੰਗਾ ਹੁੰਦਾ ਹੈ ਚੰਗੀ ਚੀਜ਼ ਵਾਂਗ ਔਖੇ ਕੰਮ ਦੀ ਲਾਗਤ ਵਧੇਰੇ ਹੋਏਗੀ ਪਰ ਨਤੀਜੇ ਸਾਰੀ ਥਕਾਵਟ ਲਾ ਦੇਣਗੇ ਅਸੀਂ ਉਹਨਾਂ ਅਧਿਆਪਕਾਂ ਨੂੰ ਹੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿਲੇਬਸ ਤੋਂ ਬਹੁਤ ਕੁਝ ਵੱਖਰਾ ਤੇ ਬਾਹਰਲਾ ਦੱਸਿਆ ਹੋਵੇ ਤੇ ਸਾਡਾ ਆਪਣਾ ਆਪ ਵਿੱਚ ਵਿਸ਼ਵਾਸ ਤੇ ਜੀਵਨ 'ਚ ਸਫਲ ਹੋਣ ਦਾ ਉਤਸ਼ਾਹ ਉਪਜਾਇਆ ਹੋ ਸਫਲ ਫਿਲਮੀ ਅਦਾਕਾਰ ਵੱਡੇ ਪ੍ਰਸਿੱਧ ਤੇ ਯਾਦਗਾਰੀ ਅਦਾਕਾਰਾਂ ਦੀਆਂ ਫਿਲਮਾਂ ਵੇਖਦੇ ਹਨ ਤੇ ਅਦਾਕਾਰੀ ਦੀਆਂ ਨਵੀਆਂ ਜੁਗਤਾਂ ਲੱਭਦੇ ਹਨ ਜਿਹੜੇ बार-बार ਆਪਣੀਆਂ ਫਿਲਮਾਂ ਹੀ ਵੇਖਦੇ ਹਨ ਉਹ ਵੱਡੇ ਅਦਾਕਾਰ ਨਹੀਂ ਬਣਦੇ ਤੇ ਉਹਨਾਂ ਨੂੰ ਵੱਡੀਆਂ ਫਿਲਮਾਂ ਚ ਅਵਸਰ ਨਹੀਂ ਮਿਲਦੇ ਨਿਰਧਾਰਤ ਕੰਮ ਉਪਜੀਵਕਾ ਲਈ ਹੁੰਦਾ ਹੈ ਵਾਧੂ ਕੰਮ ਮਹਰਤ ਤੇ ਪਤਵੰਤੇ ਬਣਨ ਲਈ ਕੀਤਾ ਜਾਂਦਾ ਹੈ ਕਿਸੇ ਪਰਿਵਾਰ ਦੀ ਜੀਵਨ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀ ਲਿਆਉਣ ਇਸੇ ਖੇਤਰ ਤੇ ਸਿਖਰ ਤੇ ਪਹੁੰਚਣ ਚ ਲਗਭਗ 4 ਦਹਾਕੇ ਲੱਗਦੇ ਹੈ। ਇੱਕ ਵਿਅਕਤੀ ਆਪਣੀ ਸੰਖੇਪ ਜੀਵਨੀ ਸੁਣਾਉਂਦੇ ਆ ਕਹਿ ਰਿਹਾ ਸੀ ਮੈਨੂੰ ਅਰਬਪਤੀ ਬਣਨ ਚ 40 ਸਾਲ ਮਿਹਨਤ ਕਰਨੀ ਪਈ ਪਰ ਦੂਜਾ ਅਰਬ ਕਮਾਉਣ ਚ ਕੇਵਲ 10 ਸਾਲ ਹੋਰ ਲੱਗੇ। ਮਹਾਰ ਵਿਅਕਤੀਆਂ ਤੇ ਵਿਸ਼ੇਸ਼ ਕਰਕੇ ਅਧਿਆਪਕਾਂ ਚ ਔਖੇ ਕੰਮਾਂ ਨੂੰ ਸੌਖੇ ਤੇ ਮੁਸ਼ਕਲ ਪ੍ਰਸ਼ਨਾਂ ਨੂੰ ਆਸਾਨ ਬਣਾਉਣ ਦਾ ਹੁਨਰ ਹੁੰਦਾ ਹੈ। ਸਕੂਲ ਦੇ ਅੰਤਲੇ ਬਰੇ ਦਾ ਇੱਕ ਵਿਦਿਆਰਥੀ ਜੂਨੀਅਰ ਪੱਧਰ ਤੇ ਸ਼ਤਰੰਜ ਦਾ ਰਾਸ਼ਟਰੀ ਚੈਂਪੀਅਨ ਸੀ ਪਰ ਗਣਿਤ ਵਿੱਚੋਂ ਦੋ ਵਾਰ ਫੇਲ ਹੋਣ ਕਾਰਨ ਉਹਦਾ ਵਿਕਾਸ ਰੁਕਿਆ ਹੋਇਆ ਸੀ ਕਿਸੇ ਦੇ ਦਸਨ ਤੇ ਉਹ ਗਣਿਤ ਦੇ ਇੱਕ ਪ੍ਰਸਿੱਧ ਪ੍ਰੋਫੈਸਰ ਨੂੰ ਆਪਣੀ ਸਮੱਸਿਆ ਦੱਸਣ ਗਿਆ ਸਕੂਲ ਦਾ ਵਿਦਿਆਰਥੀ ਹੋਣ ਕਾਰਨ ਪ੍ਰੋਫੈਸਰ ਨੇ ਪਹਿਲਾਂ ਤਾਂ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਪ੍ਰੋਫੈਸਰ ਆਪ ਯੂਨੀਵਰਸਿਟੀ ਦੇ ਸ਼ਤਰੰਜ ਕਲੱਬ ਦਾ ਪ੍ਰਧਾਨ ਸੀ ਉਹਨੂੰ ਜਾਣ ਕੇ ਹੈਰਾਨੀ ਹੋਈ ਕਿ ਸ਼ਤਰੰਜ ਦਾ ਮਹਾਰ ਵਿਦਿਆਰਥੀ ਗਣਿਤ ਵਿੱਚੋਂ ਫੇਲ ਕਿਉਂ ਹੁੰਦਾ ਹੈ ਪ੍ਰੋਫੈਸਰ ਨੇ ਉਸ ਵਿਦਿਆਰਥੀ ਨਾਲ ਸ਼ਾਮ ਨੂੰ ਆਪਣੇ ਘਰ ਸ਼ਤਰੰਜ ਦੀ ਇੱਕ ਬਾਜ਼ੀ ਲਾਈ ਜਿਹੜੀ ਵਿਦਿਆਰਥੀ ਨੇ ਜਿੱਤ ਲਈ ਦੂਜੀ ਬਾਜ਼ੀ 'ਚ ਵੀ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਮਾਤ ਦੇ ਦਿੱਤੀ ਪ੍ਰੋਫੈਸਰ ਨੇ ਵਿਦਿਆਰਥੀ ਨੂੰ ਗਣਿਤ ਦੀ ਪੁਸਤਕ ਤੇ ਉਸ ਵਿੱਚੋਂ ਕੁਝ ਪ੍ਰਸ਼ਨ ਹੱਲ ਕਰਕੇ ਲਿਆਉਣ ਲਈ ਅਗਲੇ ਦਿਨ ਬੁਲਾਇਆ ਸਿਲੇਬਸ ਤੇ ਵਿਦਿਆਰਥੀ ਦੀ ਕਾਰਗੁਜ਼ਾਰੀ ਵੇਖ ਕੇ ਪ੍ਰੋਫੈਸਰ ਸਮਝ ਗਿਆ ਸਿਲੇਬਸ ਵਿੱਚਲੇ 10 ਭਾਗਾਂ 'ਚੋਂ 4 ਭਾਗ ਉਹਦੀ ਰੁਕਾਵਟ ਬਣੇ ਹੋਏ ਸਨ ਪ੍ਰੋਫੈਸਰ ਨੇ ਪ੍ਰੀਖਿਆ 'ਚ ਰਹਿੰਦੇ ਕੇਵਲ 3 ਮਹੀਨਿਆਂ ਨੂੰ ਧਿਆਨ 'ਚ ਰੱਖ ਕੇ ਬਾਕੀ 6 ਭਾਗਾਂ ਵਿਚਲੇ ਹਰੇਕ ਪ੍ਰਸ਼ਨ ਨੂੰ ਉਸ ਵਿਦਿਆਰਥੀ ਤੋਂ 20 ਤੋਂ ਵੱਧ ਵਾਰੀ ਹੱਲ ਕਰਵਾਇਆ ਤੇ ਪ੍ਰੀਖਿਆ 'ਚ 60 ਨੰਬਰਾਂ ਦੇ ਕੀਤੇ ਪੇਪਰ ਵਿੱਚੋਂ ਉਸ ਵਿਦਿਆਰਥੀ ਨੇ 59 ਨੰਬਰ ਆਏ। ਇਵੇਂ ਉਸ ਚੈਂਪੀਅਨ ਦਾ ਗਵਾਚਿਆ ਸਵੈਮਾਨ ਮੋੜ ਆਇਆ। ਸਫਲ ਵਿਅਕਤੀਆਂ ਨੂੰ ਕੰਮ ਕਰਦਿਆਂ ਵੇਖਣ ਤੇ ਉਹਨਾਂ ਦੀ ਕਾਰਜ ਵਿਧੀ ਅਪਣਾਉਣ ਨਾਲ ਸਾਡੀ ਆਪਣੀ ਕਾਰਗੁਜ਼ਾਰੀ ਸੁਧਰਦੀ ਹੈ। ਕਿਸੇ ਨੇ ਵੱਡੇ ਸੰਗੀਤਕਾਰ ਦੀ ਸਫਲਤਾ ਦਾ ਜਦੋਂ ਪੇਤ ਪੁੱਛਿਆ ਤਾਂ ਉਹਨੇ ਕਿਹਾ ਅਭਿਆਸ ਹਰ ਰੋਜ਼ ਅਭਿਆਸ ਉਸਤਾਦ ਦੀ ਹਾਜ਼ਰੀ ਚ ਅਭਿਆਸ ਸਵੇਰੇ ਉੱਠ ਕੇ ਅਭਿਆਸ ਮੁੱਕੇਬਾਜ਼ੀ ਦੇ ਵਿਸ਼ਵ ਚੈਂਪੀਅਨ ਮੁਹੰਮਦ ਅਲੀ ਨੂੰ ਮੁੱਕੇਬਾਜ਼ੀ ਦਾ ਅਭਿਆਸ ਕਰਨਾ ਚੰਗਾ ਨਹੀਂ ਸੀ ਲੱਗਦਾ ਉਹਦੀ ਮਾਂ ਕਿਹਾ ਕਰਦੀ ਸੀ ਜੇ ساری ਜ਼ਿੰਦਗੀ ਚੈਂਪੀਅਨ ਅਖਵਾਉਣ ਦਾ ਆਨੰਦ ਮਾਣਨਾ ਹੈ ਤਾਂ ਅਭਿਆਸ ਦੀ ਔਖ ਪਰਦਾਸ਼ਤ ਕਰ ਖੇੜੇ ਮੱਥੇ ਔਖ ਬਰਦਾਸ਼ਤ ਕੀਤੀ ਤੇ ਉਹ ਵਿਸ਼ਵ ਚੈਂਪੀਅਨ ਬਣਿਆ ਸੋਚੋ ਤੁਸੀਂ ਜਿੱਥੇ ਹੋ ਉੱਥੇ ਕਿਵੇਂ ਪਹੁੰਚੇ ਹੋ ਜਿਹੜੇ ਉੱਚੇ ਰਿਆਂ ਪਦਵੀਆਂ ਤੇ ਹਨ ਉੱਥੇ ਕਿਵੇਂ ਪਹੁੰਚੇ ਹਨ ਕਿਹੜੀ ਗੱਲ ਉਤਸ਼ਾਹਿਤ ਉਤਸ਼ਾਹ ਦਿੰਦੀ ਹੈ ਕਿਹੜੀ ਰਸਤਾ ਰੋਕਦੀ ਹੈ ਤੁਹਾਡੀਆਂ ਅੰਦਰਲੀਆਂ ਸ਼ਕਤੀਆਂ ਕੀ ਹਨ ਤੁਹਾਡੀਆਂ ਬਾਹਰਲੀਆਂ ਰੁਕਾਵਟਾਂ ਕੀ ਹਨ ਰੁਕਾਵਟਾਂ ਬਾਰੇ ਧੀਰਜ ਨਾਲ ਸੋਚੋ ਹੋਰਾਂ ਨਾਲ ਸਲਾਹ ਕਰੋ ਹੱਲ ਨਿਕਲ ਆਏਗਾ ਇੱਕ ਵਾਰੀ ਇੱਕ ਤੰਗ ਪਹਾੜੀ ਰਸਤੇ ਤੇ ਇੱਕ ਕਾਰ ਪੈਂਚਰ ਹੋ ਗਈ ਮਾਲਕ ਨੇ ਕਾਰ ਇੱਕ ਪਾਸੇ ਖੜੀ ਕਰਕੇ ਪਹੀਆ ਖੋਲਿਆ ਡਿੱਕੀ 'ਚੋਂ ਜਦੋਂ ਦੂਜਾ ਪਹੀਆ ਕੱਢਿਆ ਤਾਂ ਉੱਛਲ ਕੇ ਉਹਦੇ ਹੱਥਾਂ 'ਚੋਂ ਨਿਕਲ ਗਿਆ ਪਹੀਆ ਤਾਂ ਨੇ ਚਪਟ ਕੇ ਫੜ ਲਿਆ ਪਰ ਖੋਲ ਕੇ ਰੱਖੇ ਨਟ ਬੋਲਟ ਥੱਲੇ ਰੁੜ ਗਏ ਮਾਲਕ ਪਰੇਸ਼ਾਨ ਸੀ ਨੇੜਿਓਂ ਕੋਈ ਮਦਦ ਸੰਭਵ ਨਹੀਂ ਸੀ ਉਥੋਂ ਲੰਘਦੇ ਇੱਕ ਇੰਜੀਨੀਅਰ ਨੇ ਉਹਦੀ ਨਟ ਬੋਲਟ ਰੁੜ ਜਾਣ ਦੀ ਸਮੱਸਿਆ ਸੁਣੀ ਤਾਂ ਕਿਹਾ ਕਾਰ ਨੂੰ ਲੱਗੇ ਹੋਏ ਤਿੰਨ ਪਹੀਆਂ ਦਾ ਇੱਕ-ਇੱਕ ਨਟ ਬੋਲਟ ਖੋਲ ਕੇ ਚੌਥੇ ਪਹੀਏ ਨੂੰ ਲਾ ਦਿਓ ਕਾਰ ਚੱਲ ਪਏਗੀ ਮਾਰੂਥਲਾਂਚ ਦਿਸ਼ਾਵਾਂ ਨਹੀਂ ਹੁੰਦੀਆਂ ਲਗਭਗ 50 ਸਾਲ ਪਹਿਲਾਂ ਤੱਕ ਸਹਾਰਾ ਮਾਰੂਥਲ 'ਚ ਹਰ ਸਾਲ 2000 ਯਾਤਰੀ ਰਸਤਾ ਗਵਾਚਣ ਨਾਲ ਮਰ ਜਾਂਦੇ ਸਨ ਇੱਕ ਤੇਲ ਕੰਪਨੀ ਦੇ ਕਰਮਚਾਰੀ ਨੇ ਹਰ ਇੱਕ ਮੀਲ ਦੇ ਫਾਸਲੇ ਤੇ ਤੇਲ ਦੇ ਵੱਡੇ ਖਾਲੀ ਡਰਮ ਰੱਖਣ ਦਾ ਸੁਝਾਅ ਦਿੱਤਾ ਮੁਸਾਫਰਾ ਨੇ ਦੋ ਡਰਮ ਹੀ ਵੇਖਣੇ ਹੁੰਦੇ ਸੀ ਪਿਛਲਾ ਤੇ ਅਗਲਾ ਗੁਆਚਣ ਤੋਂ ਬਚਣ ਵਾਸਤੇ ਇੰਨਾ ਕੁ ਸੰਕੇਤ ਕਾਫੀ ਸੀ। ਇਹ ਵੀ ਇੱਕ ਵੱਡੀ ਸਮੱਸਿਆ ਸੌਖਿਆਂ ਹੀ ਹੱਲ ਹੋ ਗਈ। ਸੋਚਣ ਦੀ ਲੋੜ ਹੈ ਕਿ ਕੁਝ ਲੋਕਾਂ ਦੀ ਜ਼ਿੰਦਗੀ ਕਿਉਂ ਸੌਖੀ ਹੁੰਦੀ ਹੈ ਤੇ ਕੁਝ ਲੋਕਾਂ ਦਾ ਜੀਵਨ ਕਿਉਂ ਔਖਾ ਹੁੰਦਾ ਹੈ। ਜਿੰਨਾ ਵਧੇਰੇ ਸਿੱਖੋਗੇ ਓਨੇ ਵੱਧ ਮਾਹਰ ਹੋਵੋਗੇ। ਉਹਨਾਂ ਆਤਮ ਵਿਸ਼ਵਾਸ ਵਧੇਰੇ ਹੋਏਗਾ। ਜਿੰਨੀ ਆਮਦਨ ਵਧੇਗੀ ਉਹਨਾਂ ਜੀਵਨ ਸੌਖਾ ਹੋਏਗਾ। ਜੇ ਕਿਸੇ ਕੰਮ ਨੂੰ ਸਹੀ ਢੰਗ ਨਾਲ ਕੀਤਾ ਜਾਏ ਤਾਂ ਥਕਾਵਟ ਨਹੀਂ ਹੁੰਦੀ ਜੇ ਕੰਮ ਨਿਸ਼ਾਨਾ ਮਿੱਥ ਕੇ ਕੀਤਾ ਜਾਏ ਤਾਂ ਸਫਲਤਾ ਹੀ ਮਿਲਦੀ ਹੈ ਸਪਸ਼ਟ ਹੈ ਹਰ ਖੇਤਰ ਚ ਮੁਕਾਬਲਾ ਸਖਤ ਹੈ ਸੌ ਸਾਹ ਦੌੜਨ ਦੀ ਲੋੜ ਨਹੀਂ ਪਰ ਰੁਕਣਾ ਮਨਾ ਹੈ ਇੱਕ ਪਰਿਵਾਰ ਦਾ ਖੇਰਲਾ ਬੱਚਾ ਬੜਾ ਕਮਜ਼ੋਰ ਸੀ ਉਹਨੇ ਨਿੱਜੀ ਅਨੁਭਵ ਤੋਂ ਜਾਣ ਲਿਆ ਸੀ ਕਿ ਦੌੜਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਉਹ ਦੌੜਾਂ ਲਾਉਂਦਾ ਸੀ ਪਰ ਹਰ ਦੌੜ ਚੋਂ ਅਖੀਰਲਾ ਦੌੜਾਕ ਹੁੰਦਾ ਸੀ ਸਾਰੇ ਉਹਦਾ ਮਖੌਲ ਉਡਾਉਂਦੇ ਦੌੜਨ ਤੋਂ ਰੋਕਦੇ ਸੀ ਉਤਸ਼ਾਹ ਨਾਲ ਕਿਹਾ ਕਰਦਾ ਸੀ ਇੱਕ ਵਾਰੀ ਅਵਲ ਆਉਣਾ ਹੈ ਅਵਲ ਆ ਕੇ ਤੁਹਾਡੇ ਤੁਹਾਡੇ ਚਾਹੇ ਅਨੁਸਾਰ ਦੌੜਨਾ ਬੰਦ ਕਰ ਦੇਵਾਂਗਾ ਯਤਨ ਕਰਦਾ ਕਰਦਾ ਇੱਕ ਦੌੜ ਚੱਬਲ ਆ ਗਿਆ ਤੇ ਇਸ ਤੋਂ ਪ੍ਰੰਤੂ ਹਰ ਵਾਰੀ ਅਵਲ ਆਉਣ ਲੱਗ ਪਿਆ ਧੀਰਜ ਨਾਲ ਸੋਚਣ ਨਾਲ ਸਮੱਸਿਆਵਾਂ ਹੱਲ ਕਰਨ ਦੇ ਢੰਗ ਸੁੱਝਦੇ ਹਨ ਕੁਝ ਸਾਲ ਪਹਿਲਾਂ ਵਿਸ਼ਵ ਫੁੱਟਬਾਲ ਕੱਪ ਦੇ ਮੁਕਾਬਲਿਆਂ 'ਚ ਅਕਸਰ ਦੋਵੇਂ ਟੀਮਾਂ ਦੀ ਭਾਸ਼ਾ ਤੇ ਰੈਫਰੀਆਂ ਦੀ ਭਾਸ਼ਾ ਵੱਖਰੀ ਵੱਖਰੀ ਹੁੰਦੀ ਸੀ ਤੇ ਇੱਕ ਦੂਜੇ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਮੈਚਾਂ 'ਚ ਵਿਗਨ ਪੈਂਦਾ ਸੀ ਤੇ ਰੈਫਰੀ ਵੱਲੋਂ ਕਿਸੇ ਖਿਡਾਰੀ ਨੂੰ ਵਾਰਨਿੰਗ ਦੇਣ ਤੇ ਖੇਡ ਤੋਂ ਬਾਹਰ ਕੱਢਣ ਦੇ ਫੈਸਲਿਆਂ ਨੂੰ ਸਮਝਣ 'ਚ ਅਸਮਰਥ ਹੋਣ ਕਾਰਨ ਝਗੜਾ ਹੋ ਜਾਂਦਾ ਸੀ। ਇਹ ਸਮੱਸਿਆ ਦਾ ਕੋਈ ਸੰਤੋਖਜਨਕ ਹੱਲ ਨਹੀਂ ਲੱਭ ਰਿਹਾ ਸੀ। ਇੱਕ ਵਾਰ ਇੱਕ ਰੈਫਰੀ ਟ੍ਰੈਫਿਕ ਦੀ ਲਾਲ ਬੱਤੀ ਤੇ ਰੁਕਿਆ ਹੋਇਆ ਸੀ। ਉਹਨੂੰ ਖਿਆਲ ਆਇਆ ਕਿ ਟ੍ਰੈਫਿਕ ਦੀ ਇਹਨਾਂ ਪੀਲੇ ਤੇ ਲਾਲ ਬੱਤੀਆਂ ਦੇ ਰੰਗ ਵਾਲੇ ਕਾਰਡਾਂ ਨਾਲ ਫੁੱਟਬਾਲ ਦੇ ਮੈਚਾਂ 'ਚ ਰੈਫਰੀ ਦੇ ਫੈਸਲਿਆਂ ਸੰਬੰਧੀ ਭੁਲੇਖੇ ਪੈਣ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਈਵੇਂ ਖੇਡਣ 'ਚ ਗਲਤੀ ਕਰਨ ਵਾਲਿਆਂ ਨੂੰ ਦਿਖਾਏ ਜਾਣ ਵਾਲੇ ਕਾਰਡ ਲਈ ਪੀਲਾ ਤੇ ਲਾਲ ਰੰਗ ਅਪਣਾਉਣ ਨਾਲ ਇਹ ਸਮੱਸਿਆ ਹੱਲ ਹੋ ਗਈ। ਔਖੇ ਕੰਮਾਂ ਵੱਲ ਧਿਆਨ ਦੇਣ ਨਾਲੋਂ ਨਵੇਂ ਤੇ ਸਰਲ ਹੱਲ ਸੁਝਦੇ ਹਨ। ਜਾਪਾਨ ਦੀ ਸਾਬਣ ਬਣਾਉਣ ਵਾਲੀ ਇੱਕ ਕੰਪਨੀ ਦੇ ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਕਈ ਵਾਰ ਸਾਬਣ ਦੀਆਂ ਖਰੀਦਿਆਂ ਗਈਆਂ ਡੱਬੀਆਂ 'ਚ ਸਾਬਣ ਨਹੀਂ ਹੁੰਦਾ। ਪ੍ਰਸਿੱਧ ਕੰਪਨੀ ਲਈ ਬੜੀ ਬੇਇੱਜ਼ਤੀ ਵਾਲੀ ਗੱਲ ਸੀ। ਇਹ ਵਾਪਰੰਤ ਰੋਕਣ ਵਾਸਤੇ ਕਈ ਹੱਲ ਸੁਝਾਏ ਗਏ ਪਰ ਉਹ ਸਾਰੇ ਬੜੇ ਮਹਿੰਗੇ ਸਨ। ਇੱਕ ਵਰਕਰ ਨੇ ਸੁਝਾਅ ਦਿੱਤਾ ਕਿ ਇਸ ਮੁਸੀਬਤਿਆ ਬੜੀ ਸੌਖਿਆਂ ਹੱਲ ਕੀਤੀ ਜਾ ਸਕਦੀ ਹੈ। ਉਹਨੇ ਕਿਹਾ ਜਦੋਂ ਸਾਬਣ ਡੱਬੀ 'ਚ ਭਰਨ ਤੋਂ ਉਪਰੰਤ ਡੱਬੀ ਬੈਲਟ ਤੇ ਚਲਦੀ ਹੈ, ਉੱਥੇ ਇੱਕ ਵੱਡਾ ਤੇ ਸ਼ਕਤੀਸ਼ਾਲੀ ਪੱਖਾ ਚਲਾਇਆ ਜਾਵੇ ਜਿਹਦੀ ਤੇਜ਼ ਹਵਾ ਖਾਲੀ ਡੱਬੀਆਂ ਨੂੰ ਉਡਾ ਦੇਗੀ। ਇਮੀ ਕੋਈ ਖਾਲੀ ਡੱਬੀ ਅੱਗੇ ਨਹੀਂ ਜਾਏਗੀ। ਵਿਗਿਆਨੀਆਂ ਦੀਆਂ ਪ੍ਰਾਪਤੀਆਂ, ਕਾਢਾਂ ਤੇ ਘੜਤਾਂ ਨੇ ਔਖੇ ਕੰਮ ਸੌਖੇ ਕਰ ਦਿੱਤੇ ਹਨ। ਪਹਾੜ ਤੇ ਚੜਨ ਵਾਂਗ ਔਖੇ ਕੰਮ ਕਰਨ ਵਾਲੇ ਆਪਣੀਆਂ ਮੁਸ਼ਕਲਾਂ ਆਪ ਹੱਲ ਕਰਦੇ ਹਨ। ਮਾਉਂਟ ਐਵਰੇਸਟ ਨੂੰ ਫਤਿਹ ਕਰਨਾ ਮਨੁੱਖ ਦੇ ਸਿੱਦਕ, ਸਿਰੜ ਤੇ ਹੌਸਲੇ ਦਾ ਸਬੂਤ ਹੈ। ਜਿਹੜੇ ਸਿਖਰ ਤੇ ਪਹੁੰਚਣ 'ਚ ਸਫਲ ਹੋਏ, ਉੱਤਿਆਰੀ ਕਰਕੇ ਗਏ ਸੀ। ਆਪਣੀਆਂ ਮੁਸ਼ਕਲਾਂ ਹੋਰਾਂ ਨੂੰ ਦੱਸੋਗੇ ਤਾਂ ਬਹੁਤੇ ਪਰਵਾਹੀ ਨਹੀਂ ਕਰਨਗੇ। ਬਾਕੀ ਤੁਹਾਡੀਆਂ ਮੁਸ਼ਕਲਾਂ ਤੇ ਪਰਸੰਨ ਹੋਣਗੇ ਔਖੇ ਸਬਕ ਤੇ ਔਖੇ ਹੋ ਕੇ ਸਿੱਖੇ ਸਬਕ ਔਖੇ ਸਮਿਆਂ ਚ ਕੰਮ ਆਉਂਦੇ ਆ ਅਜੋਕੇ ਯੁੱਗ ਚ ਜਾਣਕਾਰੀ ਤੇ ਟੈਕਨੋਲੋਜੀ ਦਾ ਮੀਂਹ ਵਸ ਰਿਹਾ ਹੈ ਅਬ ਅਵਸਰ ਵਾਜਾ ਮਾਰ ਰਿਹਾ ਹੈ ਤੁਸੀਂ ਔਖੇ ਕੰਮ ਕਰਨ ਦਾ ਬੇੜਾ ਚੁੱਕੋ ਸੰਸਾਰ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਵਾਅਦਾ ਨਿਭਾਏਗਾ ਧੰਨ